The Freak! ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਨੂੰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਹਜੇ ਵੀ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਥੱਲੇ ਉਹ ਜਿਹੜਾ ਲਾਲ ਬਟਨ ਹੈਗਾ ਉਹਨੂੰ ਦੱਬੋ ਅਤੇ ਮੈਨੂੰ ਸਬਸਕ੍ਰਾਈਬ ਕਰੋ ਅਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਸਾਡੇ ਪੰਜਾਬੀਆਂ ਦੇ ਹੁਨਰ ਦੇ ਕੁਝ ਕਿੱਸੇ ਜਿਵੇਂ ਤੁਹਾਨੂੰ ਪਤਾ ਹੀ ਹੈ ਅਸੀਂ ਪੰਜਾਬੀ ਕਾਫੀ ਹਿਊਮਰਸ ਹੁੰਦੇ ਹਾਂ ਅਤੇ ਅਸੀਂ ਭਾਵੇਂ ਕਿਸੇ ਦੀ ਮਰਨਾ ਹੋਵੇ ਭਾਵੇਂ ਕਿਸੇ ਦਾ ਪੈਦਾਇਸ਼ ਹੋਵੇ ਅਸੀਂ ਹੱਸਣੋਂ ਨਹੀਂ ਹਟਦੇ ਅਤੇ ਬਸ ਉਹਨਾਂ ਕਿੱਸਾਂ ਨੂੰ ਲੈ ਕੇ ਆਪਾਂ ਅੱਜ ਗੱਲ ਕਰਾਂਗੇ ਹੁਣ ਇਹ ਅੱਜ ਕੱਲ੍ਹ ਦੀ ਗੱਲ ਲੈ ਲਓ ਜਿਹੜੇ ਅੱਜ ਕੱਲ੍ਹ ਇਹ ਮੁੱਛਾਂ ਦੇ ਸਟਾਈਲ ਚੱਲਦੇ ਪਏ ਨੇ ਕੁੰਡੀ ਮੁੱਛਾਂ ਲੋਕ ਰੱਖਦੇ ਨੇ ਪੂਰਾ ਦਿਨ ਮੁੱਛਾਂ ਨੂੰ ਮਰੋੜੇ ਦਿੰਦੇ ਰਹਿੰਦੇ ਨੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਉਹਨੂੰ ਇੰਨਾ ਤਿੱਖਾ ਕਰਕੇ ਜਾਓਗੇ ਕਿੱਥੇ ਅਤੇ ਮੈਨੂੰ ਤਾਂ ਡਰ ਲੱਗਦਾ ਕਿਧਰੇ ਆਪਣੇ ਬੱਚੇ ਨੂੰ ਪੱਪੀ ਕਰਨ ਲੱਗਣ ਅਤੇ ਉਹਦੀ ਅੱਖ ਹੀ ਕੱਢ ਲੈਣ ਅਤੇ ਕਈਆਂ ਨੂੰ ਤਾਂ ਕਹਿ ਕੇ ਰੋਕਣਾ ਪੈਂਦਾ ਕਿ ਵੀਰੇ ਰਹਿਣ ਦੇ ਬੁਰ ਜਾਣਗੀਆਂ ਝੜ ਜਾਣਗੀਆਂ ਅਤੇ ਸਾਡਾ ਦੁੱਧ ਵਾਲਾ ਭਈਆ ਵੀ ਉਹੀ ਕੁੰਡੀ ਮੁੱਛਾ ਰੱਖਦਾ ਮੈਂ ਤਾਂ ਇੱਕ ਵਾਰੀ ਮੇਰੇ ਤੋਂ ਇੱਕ ਵਾਰੀ ਰਿਹਾ ਹੀ ਨਹੀਂ ਗਿਆ ਮੈਨੂੰ ਪੁੱਛ ਹੀ ਲਿਆ ਮੈਂ ਕਹਿੰਦੇ ਤਾਂ ਡਰਮੀ ਡਰੂ ਵੀ ਟੰਗ ਲੈਂਦਾ ਹੀ ਕਦੇ ਕਦੇ ਅੱਜ ਕੱਲ੍ਹ ਲੋਕਾਂ ਨੇ ਅਲੱਗ ਅਲੱਗ ਸਟਾਈਲ ਦੀ ਮੁੱਛਾਂ ਰੱਖਣ ਲੱਗ ਪਏ ਨੇ ਦਾੜੀਆਂ ਰੱਖਣ ਲੱਗ ਪਏ ਨੇ ਜਿਵੇਂ ਮੈਨੂੰ ਹੀ ਵੇਖ ਲਓ ਫਰੈਂਚ ਕੱਟ ਮੈਂ ਰੱਖਿਆ ਹੋਇਆ ਮਤਲਬ ਫਰੈਂਚ ਕੱਟ ਤਾਂ ਇਹੋ ਜਿਹੀ ਲੱਗਦੀ ਜਿਵੇਂ ਕਿਸੇ ਨੇ ਕੱਛਿਆਂ ਵਿੱਚ ਬੁੱਲ ਪਾਏ ਹੋ ਅਤੇ ਕਈ ਲੋਕ ਉਹ ਰੱਖਦੇ ਨੇ ਲੰਬੀ ਮੁੱਛਾਂ ਜਿਹਦਾ ਅੰਤ ਹੀ ਨਹੀਂ ਹੁੰਦਾ ਇੱਥੇ ਤੱਕ ਪੂਰੀਆਂ ਅਤੇ ਉਹ ਤਾਂ ਐਵੇਂ ਲੱਗਦੀ ਜਿਵੇਂ ਕਿਸੇ ਨੇ ਵੋਟੀ ਦੀ ਆਪਣੀ ਦੀ ਵੋਟੀ ਦੀ ਸਲਵਾਰ ਬੁੱਲਾਂ ਤਾਂ ਟੰਗੀਆਂ ਸੁੱਕਣੀ ਟੰਗੀ ਹੋਵੇ ਬਾਕੀ ਨੋ ਓਫੈਂਸ ਸਟਾਈਲ ਹੈਗਾ ਸਭ ਦਾ ਆਪਣਾ ਆਪਣਾ ਅਤੇ ਜੇ ਸਟਾਈਲ ਦੀ ਗੱਲ ਆਈ ਗਈ ਆ ਅਤੇ ਸੁਣੋ ਅਸੀਂ ਸਾਡੇ ਪੰਜਾਬੀਆਂ ਦਾ ਸਟਾਈਲ ਮਤਲਬ ਜਿਹੜਾ ਸਾਡਾ ਲਾਈਫ ਸਟਾਈਲ ਹੈਗਾ ਕਾਫੀ ਲਾਊਡ ਹੈਗਾ ਅਤੇ ਕੰਪੈਰੀਟਿਵਲੀ ਜੇ ਮੈਂ ਬਾਤ ਕਰਾਂ ਜੇ ਅਸੀਂ ਵੈਸਟਰਨ ਕੰਟਰੀ ਵਿੱਚ ਜਾਈਏ ਉਹ ਬੜੇ ਲੋ ਹੈਗੇ ਨੇ ਮਤਲਬ ਉਹਨਾਂ ਦਾ ਲਾਊਡ ਲਾਈਫ ਸਟਾਈਲ ਨਹੀਂ ਹੈਗਾ ਜਿਵੇਂ ਐਗਜ਼ਾਮਪਲ ਮੈਂ ਅੰਗਰੇਜ਼ੀ ਫਿਲਮਾਂ ਵੇਖਦਾ ਮਤਲਬ ਇੰਨੇ ਸ਼ਾਂਤ ਹੁੰਦੇ ਨੇ ਕਿ ਪੜੋਸੀਆਂ ਬਾਰੇ ਇੰਨੇ ਸੋਚਦੇ ਨੇ ਨਾ ਅੰਗਰੇਜ਼ ਲੋਕ ਕਿ ਜਿਵੇਂ ਕੋਈ ਡਾਕੂ ਕਿਸੇ ਨੂੰ ਮਾਰਨ ਜਾਂਦਾ ਨਾ ਬੰਦੂਕ 'ਤੇ ਸਾਇਲੈਂਸਰ ਚੜਾ ਲੈਂਦਾ ਕਿ ਬਈ ਆ ਪੜੋਸੀ ਨਹੀਂ ਪਰੇਸ਼ਾਨ ਹੋਣੇ ਚਾਹੀਦੇ ਅਤੇ ਆਪਣੇ ਸਾਡੇ ਪੰਜਾਬ ਵਿੱਚ ਵੇਖ ਲਓ ਸਵੇਰੇ 5 ਵਜੇ ਪੂਰਾ ਮੁਹੱਲਾ ਸੁੱਕਨੇ ਪਾਇਆ ਹੁੰਦਾ ਦੀਵਾਰਾਂ 'ਤੇ ਉਹਨਾਂ ਨੇ ਐਵੇਂ ਲੱਗਦਾ ਪਤਾ ਨਹੀਂ ਕਿਹੜਾ ਮਰਦਾ ਵੈ ਥੋੜ੍ਹੀ ਦੇਰ ਬਾਅਦ ਪਤਾ ਲੱਗਦਾ ਕਿ ਆਪਣੇ ਸ਼ਰਮਾ ਜੀ ਬ੍ਰਸ਼ ਕਰਨ ਡੇ ਨੇ ਮਤਲਬ ਹੋਲੇ ਬੋਲਣਾ ਤਾਂ ਆਪਾਂ ਸਿੱਖਿਆ ਹੀ ਨਹੀਂ ਜੋ ਗਲਤੀ ਨਾਲ ਕਦੇ ਕੋਈ ਬਹੂ ਆਪਣੀ ਸੱਸ ਤੋਂ ਕਹਿ ਦੇਣਾ ਮੰਮੀ ਜੀ ਅੱਜ ਮਾਰਕੀਟ ਤੋਂ ਆਉਂਦੇ ਹੋਏ ਅੰਬੀਆਂ ਲੈਂਦੇ ਆਉਣਾ ਉਹ ਵਾਹਿਗੁਰੂ 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 ਕਰਦੇ ਕਰਦੇ ਮਤਲਬ ਇੰਨਾ ਰੌਲਾ ਪਾ ਦਿੰਦੇ ਪੂਰੇ ਪਿੰਡ ਨੂੰ ਪਤਾ ਲੱਗ ਜਾਂਦਾ ਕਿ ਮੈਂ ਦਾਦੀ ਬਣਨ ਵਾਲੀ ਹਾਂ ਮੈਂ ਦਾਦੀ ਬਣਨ ਵਾਲੀ ਹਾਂ ਬਾਅਦ ਵਿੱਚ ਵੋਟੀ ਨੂੰ ਹੀ ਕਹਿਣਾ ਪੈਂਦਾ ਬੇਬੇ ਇਹੋ ਜਿਹੀ ਗੱਲ ਨਹੀਂ ਹੈਗੀ ਮੈਂ ਤਾਂ ਚਟਨੀ ਬਣਾਉਣੀ ਹੈ ਇੰਨਾ ਲਈ ਕਹਿੰਦੇ ਪਏ ਸੀ ਸ਼ਾਮੀ ਆਫਿਸ ਚਟਨੀ ਲੈ ਕੇ ਜਾਣੀ ਆ ਮੈਂ ਅਤੇ ਜਿਹੜੇ ਅੰਗਰੇਜ਼ ਹੈਗੇ ਨੇ ਪਤਾ ਹੀ ਲੱਗਦਾ ਕੋਈ ਪੈਦਾ ਹੋਇਆ ਕਿ ਮਰ ਗਿਆ ਇੰਨਾ ਹੌਲੇ ਬੋਲਦੇ ਨੇ ਹੋਇਆ ਪਤਾ ਹੀ ਨਹੀਂ ਲੱਗਦਾ ਕਿਸੇ ਦਾ ਸਿਆਪਾ ਕਰਦੇ ਪਏ ਨੇ ਖੁਸ਼ ਹੁੰਦੇ ਨੇ ਪਏ ਹੁਣ ਤੁਸੀਂ ਮੇਰੀ ਗੱਲ ਲੈ ਲਓ ਜਦੋਂ ਮੈਂ ਛੋਟਾ ਹੁੰਦਾ ਸੀ ਸਕੂਲ ਰਿਜ਼ਲਟ ਲੈਣ ਗਿਆ ਆਪਣਾ ਮੈਂ ਅਤੇ ਨਾਲ ਮੇਰਾ ਵੱਡਾ ਵੀਰ ਗਿਆ ਸੀ ਅਤੇ ਜਦੋਂ ਆਪਾਂ ਰਿਜ਼ਲਟ ਲੈ ਕੇ ਮੈਨੂੰ ਪਤਾ ਲੱਗਾ ਮੈਂ ਫੇਲ ਹਾਂ ਅਤੇ ਅਜੇ ਗਲੀ ਵਿੱਚ ਹੀ ਪਹੁੰਚੇ ਸੀ ਸਾਹਮਣੇ ਦਰਵਾਜ਼ੇ 'ਤੇ ਮੇਰੀ ਬੇਬੇ ਖਲੋਤੀ ਸੀ ਅਤੇ ਵੀਰੇ ਨੇ ਦੂਰੋਂ ਚੀਕਣਾ ਸ਼ੁਰੂ ਕਰਤਾ ਬੇਬੇ ਸੋਰੋ ਫੇਲ ਹੋ ਗਿਆ ਬੇਬੇ ਸੋਰੋ ਫੇਲ ਹੋ ਗਿਆ ਮੈਂ ਕਿਹਾ ਵੀਰੇ ਠਹਿਰ ਜਾ ਰੁਕ ਜਾ ਉੱਥੇ ਜਾ ਕੇ ਦੱਸ ਦਾਂਗੇ ਪੂਰੇ ਮੁਹੱਲੇ ਨੂੰ ਦੱਸਣ ਦੀ ਕੀ ਲੋੜ ਹੈਗੀ ਆ ਔਰ ਇੱਕ ਵਾਰੀ ਹੋਰ ਸੁਣ ਲਓ ਮੇਰੀ ਗੱਲ ਹੁਣ ਇਹ ਪਿਛਲੇ ਹਫ਼ਤੇ ਦੀ ਗੱਲ ਹੈਗੀ ਆ ਇੱਕ ਵਾਰੀ ਮੇਰਾ ਪਾਪਾ ਰੁੱਸ ਗਿਆ ਵੋਟੀ ਕਹਿੰਦੀ ਪਾਪੇ ਨੂੰ ਮਨਾ ਲੈ ਮੈਂ ਕਿਹਾ ਹਾਂ ਵੀ ਕਿਉਂ ਦੀਵਾਲੀ ਹੈਗਾ ਜਿਹੜਾ ਮੈਂ ਉਹਨੂੰ ਮਨਾ ਲਾ ਉਹੀ ਗੱਲ ਸਾਡੇ ਵਿੱਚ ਹਿਊਮਰ ਇੰਨਾ ਹੈਗਾ ਕਿ ਆਪਾਂ ਹਰ ਗੱਲ ਵਿੱਚ ਕੁਛ ਨਾ ਕੁਛ ਗੱਲ ਕੱਢ ਲੈਂਦੇ ਹਾਂ ਅਤੇ ਇੱਕ ਵਾਰੀ ਮੇਰੇ ਸਕੂਲ ਦੀ ਗੱਲ ਆ ਟੀਚਰ ਕਹਿੰਦਾ ਕਿ ਪਿਤਾ ਜੀ ਦੇ ਨਾਲ ਮੋਟਰਸਾਈਕਲ ਯਾਤਰਾ 'ਤੇ ਪ੍ਰਸਤਾਵ ਲਿਖੋ ਅਤੇ ਹੁਣ ਮੇਰੇ ਪਾਪਾ ਨੇ ਜ਼ਿੰਦਗੀ 'ਚ ਕਦੇ ਵੋਕਰ ਨਹੀਂ ਚਲਾਇਆ ਮੋਟਰਸਾਈਕਲ ਦੂਰ ਦੀ ਗੱਲ ਆ ਅਤੇ ਖੈਰ ਉਸ ਟਾਈਮ ਤਾਂ ਆਪਾਂ ਕਦੇ ਮੋਟਰਸਾਈਕਲ ਵੇਖਿਆ ਵੀ ਨਹੀਂ ਸੀ ਮੈਨੂੰ ਪਤਾ ਨਹੀਂ ਕਿਹੋ ਜੀ ਦਿਖਦੀ ਹੈ ਕਿਹੋ ਜੀ ਨਹੀਂ ਹੁਣ ਕੀ ਮੈਂ ਲਿਖਾ ਹੁਣ ਲਿਖਣਾ ਤਾਂ ਸੀ ਫਿਰ ਮੈਂ ਸ਼ੁਰੂ 'ਤੇ ਲਿਖਣਾ ਵੀ ਸੀਗਾ 400 ਵਰਡ ਅਤੇ 400 ਅੱਖਰ ਲਿਖਣੇ ਸੀ ਅਤੇ ਮੈਂ ਸ਼ੁਰੂ ਕੀਤਾ ਮੈਂ ਲਿਖਿਆ ਕਿ ਮੈਂ ਮੇਰੇ ਪਾਪਾ ਮੇਰੀ ਮੰਮੀ ਮੇਰਾ ਵੀਰ ਅਤੇ ਮੇਰਾ ਤਾਊ ਇਕੱਠੇ ਸਾਰੇ ਇਕੱਠੇ ਹੋ ਕਰਕੇ ਮੋਟਰਸਾਈਕਲ ਯਾਤਰਾ 'ਤੇ ਗਏ ਤਾਊ ਦੀ ਮੋਟਰਸਾਈਕਲ ਅਤੇ ਮੇਰੀ ਬਾਪੂ ਦੀ ਮੋਟਰਸਾਈਕਲ 'ਤੇ ਮੈਂ ਗਿਣੇ ਮੈਂ ਕਿਹਾ 50 ਅੱਖਰ ਹੋ ਗਏ ਨੇ ਫਿਰ ਮੈਂ ਕਿਹਾ ਬਸ ਆਪਾਂ ਚੱਲੇ ਹੀ ਸੀ ਥੋੜ੍ਹੀ ਦੂਰ ਜਾ ਕੇ ਮੋਟਰਸਾਈਕਲ ਦੀ ਟੱਕਰ ਹੋ ਗਈ ਅਤੇ ਆਪਾਂ ਸਾਰੇ ਡਿੱਗ ਪਏ ਅਤੇ ਮੈਂ ਗਿਣਿਆ 100 ਅੱਖਰ ਹੋ ਗਏ ਨੇ ਅਤੇ ਉਹ ਤੋਂ ਬਾਅਦ ਮੈਂ ਲਿਖਤਾ ਬਾਕੀ ਜਿਹੜੇ 300 ਅੱਖਰ ਨੇ ਬਾਪੂ ਜੀ ਨੇ ਜਿਹੜੀ ਅਤੇ ਮੇਰੇ ਤਾਊ ਜੀ ਨੇ ਜਿਹੜੀ ਉਹਨਾਂ ਨੂੰ ਸੁਣਾਈਆਂ ਉਹ ਮੈਂ ਪ੍ਰਸਤਾਵ ਵਿੱਚ ਨਹੀਂ ਲਿਖ ਸਕਦਾ ਐਵੇਂ ਕਰਕੇ ਤਾਂ ਮੈਂ 400 ਅੱਖਰ ਪੂਰੇ ਕੀਤੇ ਅਤੇ ਇਸੇ ਤਰ੍ਹਾਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਣਾ ਅਤੇ ਮੈਂ ਫਿਰ ਆਵਾਂਗਾ ਇੱਕ ਵਧੀਆ ਜੀ ਸਟੈਂਡ ਅਪ ਕਾਮੇਡੀ ਸਕਿੱਟ ਲੈ ਕੇ ਅਤੇ ਜ਼ਿਆਦਾ ਤੋਂ ਜ਼ਿਆਦਾ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਮੇਰੀ ਤੁਹਾਡੇ ਸਾਰਿਆਂ ਤੋਂ ਬੇਨਤੀ ਆ ਅਤੇ ਸਪੋਰਟ ਕਰੋ ਧੰਨਵਾਦ।